ਫਾਜ਼ਿਲਕਾ ਵਿੱਚ ਲਾਟਰੀ ਵੇਚਣ ਵਾਲੇ ਦੁਕਾਨਦਾਰ ਨੂੰ ਕਰੋੜਪਤੀ ਦੀ ਭਾਲ ਹੈ ਕਿਉਂਕਿ ਉਸ ਦੀ ਦੁਕਾਨ ਤੋਂ ਵਿਕੀ ਲਾਟਰੀ ਤੇ ਪਹਿਲਾਂ ਇਨਾਮ ਨਿਕਲਿਆ ਹੈ। ਇਨਾਮ ਦੀ ਰਾਸ਼ੀ 2.5 ਕਰੋੜ ਰੁਪਏ ਹੈ, ਪਰ ਲਾਟਰੀ ਦੇ ਮਾਲਕ ਦਾ ਕੋਈ ਪਤਾ ਦੁਕਾਨਦਾਰ ਕੋਲ ਨਹੀਂ ਹੈ ਅਤੇ ਨਾ ਹੀ ਕੋਈ ਮੋਬਾਈਲ ਨੰਬਰ ਦੁਕਾਨਦਾਰ ਕੋਲ ਹੈ। ਇਸ ਵਿੱਚ ਨਾ ਹੀ ਹੁਣ ਤੱਕ ਕਿਸੇ ਦੇ ਇਨਾਮੀ ਰਾਸ਼ੀ ਤੇ ਦਾਅਵੇਦਾਰੀ ਪੇਸ਼ ਕੀਤੀ ਹੈ, ਜਿਸ ਨੂੰ ਲੈ ਕੇ ਹੁਣ ਦੁਕਾਨਦਾਰ ਕਰੋੜਪਤੀ ਦੀ ਤਲਾਸ਼ ਕਰ ਰਿਹਾ ਹੈ। ਦੁਕਾਨਦਾਰ ਮੁਤਾਬਕ ਉਸਨੇ ਇਸ ਲਾਟਰੀ ਦੀ ਟਿਕਟ ਨੂੰ 4 ਦਿਨ ਪਹਿਲਾਂ ਵੇਚਿਆ ਸੀ, ਜੋ ਕਿ ਨਾਗਾਲੈਂਡ ਸਟੇਟ ਦੀ ਲਾਟਰੀ ਸੀ ਜਿਸ ਦੀ ਕੀਮਤ 500 ਰੁਪਏ ਸੀ। ਮਾਲਕ ਦਾ ਭਾਵੇਂ ਪਤਾ ਨਹੀਂ ਚੱਲਿਆ, ਪਰ ਦੁਕਾਨਦਾਰ ਇਸ ਖੁਸ਼ੀ ਵਿੱਚ ਲੱਡੂ ਵੰਡ ਰਿਹਾ ਹੈ ਕਿ ਉਸ ਦੀ ਦੁਕਾਨ ਤੋਂ ਇੰਨਾ ਵੱਡਾ ਇਨਾਮ ਨਿਕਲਿਆ ਹੈ। अजीत पंजाबी दी ऑथेंटिक खबरां दे लई सब्सक्राइब करो अजीत वेब टीवी अते ताजी खबरां दी नोटिफिकेशन पाउण दे लई बेल आइकन ते क्लिक। ਵਾਸੀਆਂ ਨੂੰ ਇਹ ਸੰਦੇਸ਼ ਹੈ ਜੀ, ਜਿੱਥੋਂ ਵੀ ਟਿਕਟ ਲਓ ਤੁਸੀਂ ਆਪਦਾ ਨਾਮ ਔਰ ਐਡਰੈਸ ਜ਼ਰੂਰ ਲਿਖਾਓ, ਨਹੀਂ ਤਾਂ ਮੋਬਾਈਲ ਨੰਬਰ ਤਾਂ ਘੱਟੋ ਘੱਟ ਜ਼ਰੂਰ ਲਿਖਾਓ। ਇਸ ਲਈ ਤੁਹਾਡਾ ਨੁਕਸਾਨ ਨਹੀਂ ਹੁੰਦਾ ਗਾ, ਤੁਹਾਡਾ ਫਾਇਦਾ ਹੀ ਹੈ। ਕਿਸੇ ਕਾਰਨ ਤੁਸੀਂ ਨਹੀਂ ਮਿਲਾ ਪਾਉਂਦੇ ਜਾਂ ਕੋਈ ਕਿਸੇ ਨਾਲ ਕੋਈ ਹਾਦਸਾ ਜਾਂ ਕੁਛ ਵੀ ਹੋ ਸਕਦਾ ਹੈ, ਜਿਸ ਦੇ ਕਾਰਨ ਉਸਦਾ ਨੁਕਸਾਨ ਵੀ ਹੋ ਸਕਦਾ ਹੈ। ਇਹ ਲਈ ਬਹੁਤ ਖੁਸ਼ੀ ਹੋ ਰਹੀ ਹੈ ਜੀ, ਇਹ ਸਾਡੀ ਦੁਕਾਨ ਦਾ ਸਭ ਤੋਂ ਹਾਈਐਸਟ ਪ੍ਰਾਈਜ਼ 2.5 ਕਰੋੜ ਰੁਪਇਆ ਲੱਗਿਆ ਹੈ। 2.5 ਕਰੋੜ ਦਾ ਫਸਟ ਟਾਈਮ ਹੀ ਲੱਗਿਆ ਜੀ, ਇਸ ਤੋਂ ਪਹਿਲੇ ਲੱਖਾਂ ਕਰੋੜਾਂ ਰੁਪਏ ਦੇ ਇਨਾਮ ਨਿਕਲ ਚੁੱਕੇ ਆ। ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਸਾਰੇ ਵਿਜੇਤਾ ਜੀ ਆਪਣੇ ਫਾਜ਼ਿਲਕਾ ਦੇ ਹੈ ਜੀ। ਫਾਜ਼ਿਲਕਾ ਦੇ ਬਾਬਾ ਜੀ ਦੀ ਅਪਾਰ ਕਿਰਪਾ ਹੈ ਤੇ ਅੱਗੇ ਵੀ ਬਣੀ ਰਹੇਗੀ। ਬਾਬਾ ਜੀ ਦੀ ਮਿਹਰ ਨਾਲ ਅੱਗੇ ਵੀ ਫਾਜ਼ਿਲਕਾ ਦੇ ਲੋਕਾਂ ਨੂੰ ਮੌਕੇ ਮਿਲਣਗੇ ਕਰੋੜਪਤੀ ਬਣਨ ਦੇ। ਲਾਸਟ ਟਾਈਮ ਪਿਛਲੇ ਸਾਲ ਵੀ ਨਿਕਲਿਆ ਸੀਗਾ, ਇੱਕ ਮਜ਼ਦੂਰ ਨੂੰ ਵੀ ਨਿਕਲਿਆ ਸੀਗਾ 51 ਲੱਖ ਰੁਪਏ ਦਾ ਪ੍ਰਾਈਜ਼। ਉਹ ਬਿਲਕੁਲ ਹੀ ਗਰੀਬ ਘਰ ਦਾ ਸੀਗਾ, ਉਹ 51 ਲੱਖ ਦਾ ਵਿਜੇਤਾ ਬਣਿਆ ਸੀਗਾ, ਹੁਣ 2.5 ਕਰੋੜ ਦੇ ਬਣੇ ਆ ਜੀ। ਡਰਾ ਸਰ ਕੱਲ 6 ਵਜੇ ਸੀਗਾ, ਕੱਲ 6 ਵਜੇ ਇਸਦਾ ਲਾਈਵ ਡਰਾ ਦਿਖਾਇਆ ਜਾਂਦਾ ਹੈ ਜੀ ਯੂਟਿਊਬ ਤੇ ਦਿਖਾਇਆ ਜਾਂਦਾ ਹੈ ਜੀ। ਸਾਡੇ ਮੇਨ ਡਿਸਟ੍ਰੀਬਿਊਟਰ ਬਨਾਵਟ ਐਂਟਰਪ੍ਰਾਈਜ਼ ਲੁਧਿਆਣਾ, ਜਿਨ੍ਹਾਂ ਨੇ ਸਾਨੂੰ ਲਾਈਵ ਰਿਜ਼ਲਟ ਦੇਖ ਕੇ ਤੁਰੰਤ ਹੀ ਸਾਨੂੰ ਫੋਨ ਕੀਤਾ ਕਿ ਤੁਹਾਡਾ 2.5 ਕਰੋੜ ਦਾ ਪ੍ਰਾਈਜ਼ 249092 ਨੰਬਰ ਦੇ ਤੁਹਾਡੀਆਂ ਵੇਚੀਆਂ ਟਿਕਟਾਂ ਵਿੱਚ ਨਿਕਲਿਆ ਹੈ ਜੀ। ਇਹ ਸੁਣ ਕੇ ਸਾਨੂੰ ਬਹੁਤ ਖੁਸ਼ੀ ਮਹਿਸੂਸ ਹੋਈ ਤੇ ਸਾਡੇ ਲਈ ਇਹ ਬਹੁਤ, ਜੋ ਬਨੋਟ ਐਂਟਰਪ੍ਰਾਈਜ਼ ਹੈ ਇਹ ਵੀ ਸਾਡੇ ਲਈ ਬਹੁਤ ਲੱਕੀ ਕੰਪਨੀ ਹੈ। ਇਹਨਾਂ ਕੋਲ ਅੱਜ ਤੱਕ ਸਭ ਤੋਂ ਜ਼ਿਆਦਾ ਪ੍ਰਾਈਜ਼ ਹਿੱਟ ਹੋਇਆ ਹੈ, ਸਭ ਤੋਂ ਜ਼ਿਆਦਾ ਪ੍ਰਾਈਜ਼ ਨਿਕਲਿਆ ਤਾਂ ਬਨੋਟ ਐਂਟਰਪ੍ਰਾਈਜ਼ ਤੋਂ ਹੀ ਨਿਕਲਿਆ ਹੈ ਜੀ। ਅਗਰ ਪੰਜਾਬ ਦੇ ਵਿੱਚ 100 ਪ੍ਰਾਈਜ਼ ਨਿਕਲਦੇ ਆ ਤਾਂ 70 ਦੇ ਕਰੀਬ ਬਨੋਟ ਐਂਟਰਪ੍ਰਾਈਜ਼ ਤੋਂ ਹੀ ਨਿਕਲਦੇ ਆ। ਉਹ ਸਾਡੀ ਮੇਨ ਏਜੰਸੀ ਹੈ ਬਨੋਟ ਐਂਟਰਪ੍ਰਾਈਜ਼, ਤੇ ਅਸੀਂ ਉਹਨਾਂ ਦੇ ਡਿਸਟ੍ਰੀਬਿਊਟਰਾਂ ਥੱਲੇ ਰੂਪ ਲੋਟਰੀ ਮੈਨੇ ਬਜਾਜ ਫਾਜ਼ਿਲਕਾ।